ਅੱਜ ਜੀ ਦਸ਼ਾਂਤ ਧਾਰਿਆ ਸੀ ਇੱਥੇ ਚੌਧਰੀ ਦੇਵੀ ਲਾਲ ਜੀ ਜਿਹੜੇ ਕਿਸਾਨਾਂ ਦੇ ਮਸੀਹਾ ਸੀ ਉਹਨਾਂ ਦੇ ਹਾਰ ਪਾਉਣ ਆ ਰਿਹਾ ਸੀ ਉਹਨੂੰ ਇੰਨੀ ਨਹੀਂ ਸ਼ਰਮ ਆਉਂਦੀ ਇਹਨੇ ਤਾਂ ਸਾਡੇ 500 ਕਿਸਾਨ ਅੱਗੇ ਉੱਥੇ ਸ਼ਹੀਦ ਹੋ ਗਏ ਇੱਕ ਵਾਰ ਵੀ ਇਹਨੇ ਕੁਛ ਮੂੰਹ ਚੋਂ ਨਹੀਂ ਇਹਦੇ ਜ਼ਬਾਨ ਨਿਕਲੀ ਅੱਜ ਉਸ ਬੰਦੇ ਦੇ ਆ ਰਿਹਾ ਹੈ ਜਿਹੜਾ ਕਿਸਾਨਾਂ ਦਾ ਮਸੀਹਾ ਹੈ ਹੁਣ ਇੱਥੋਂ ਲੰਘਿਆ ਅਸ ਕਿਸਾਨ ਸਾਥੀਆਂ ਨੇ ਕਾਲਿਆਂ ਝੰਡਿਆਂ ਨਾਲ ਬਹੁਤ ਤਗੜਾ ਵਿਰੋਧ ਕੀਤਾ ਸਾਡੇ ਸਾਥੀ ਹੋਰ ਵੀ ਪਹੁੰਚ ਰਹੇ ਆ ਅਤੇ ਜੋ ਵੀ ਸਾਥੀ ਹੈਗੇ ਆ ਉਹਨਾਂ ਦਾ ਬਹੁਤ ਧੰਨਵਾਦ ਬਹੁਤ ਦਿਲੋਂ ਧੰਨਵਾਦ ਜੀ ਹਿੰਮਤ ਨਹੀਂ ਹੈ ਬਸ਼ਰਮ ਲੋਕ ਨੇ ਇਹਨਾਂ ਨੂੰ ਸ਼ਰਮ ਹੈ ਨਹੀਂ ਜੇ ਸ਼ਰਮ ਵਾਲੇ ਹੁੰਦੇ ਤਾਂ ਆਪਦੇ ਪਰਿਵਾਰ ਦੇ ਬਣ ਕੇ ਬਹਿੰਦੇ ਆਪਦੇ ਪਰਿਵਾਰ ਤੋਂ ਕੁਰਸੀ ਦੇ ਲਾਲਚ ਪਿੱਛੇ ਆਪਦੇ ਪਰਿਵਾਰ ਤੋਂ ਬਗਾਵਤ ਕਰਕੇ ਇਹਨਾਂ ਸੱਤਾ ਚਾਹੇ ਇਸ ਕਰਕੇ ਸਰਕਾਰ ਇਹ ਲੋਕ ਬਸ਼ਰਮ ਲੋਕ ਨੇ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਇਹ ਕੋਈ ਇਹਨਾਂ ਦੀ ਹਿੰਮਤ ਨਹੀਂ ਹੈਗੀ ਇਹ ਬਸ਼ਰਮੀ ਹੈ ਬਸ਼ਰਮੀ ਦਾ ਸਬੂਤ ਦੇ ਰਹੇ ਵਾ ਵੇਖੋ ਜੀ ਜਿੰਨਾ ਚਿਰ ਕਾਲੇ ਗੁਰੂ ਰਾਤ ਨਹੀਂ ਹੁੰਦੇ ਇਹ ਕੁਰਸੀ ਤੋਂ ਅਸਤੀਫਾ ਨਹੀਂ ਦਿੰਦੇ ਇਹਨਾਂ ਦਾ ਇਸੇ ਤਰੀਕੇ ਜਿਹੜਾ ਵਿਰੋਧ ਅਸੀਂ ਕਰਦੇ ਲਗਾਤਾਰ ਕਰਦੇ ਨੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਕਰਦੇ ਨੇ ਪਹਿਲੀ ਗੱਲ ਤਾਂ ਬਸੰਤ ਦਾ ਹੱਕ ਨਹੀਂ ਬਣਦਾ ਮੋਟੀ ਜਾਤ ਦਾ ਕਿਉਂਕਿ ਤਾਊ ਦੇਵੀ ਲਾਲ ਨੇ ਕਿਸਾਨਾਂ ਦੇ ਮਸੀਹੇ ਰਹੇ ਆ ਇਹਨੇ ਸਾਡਾ 500 ਕਿਸਾਨ ਮਰਵਾਤਾ ਕਿਸਾਨਾਂ ਦਾ ਹਥਿਆਰਾ ਹੈ ਇਹ ਦੇਵੀ ਲਾਲ ਦੀ ਮੂਰਤੀ ਦੇ ਹੱਥ ਲਾਉਣ ਦੇ ਲੈ ਕੇ ਅਸੀਂ ਵਿਰੋਧ ਕਰਦੇ ਹਾਂ ਬਸੰਤ ਚੁਗਾਲਾ ਦਾ ਕਿ ਤਾਊ ਦੇਵੀ ਲਾਲ ਦੇ ਰਾਹ 'ਤੇ ਚੱਲੇ ਅਸਤੀਫਾ ਦੇ ਕੇ ਸਾਡੇ ਵਿੱਚ ਆ ਕੇ ਬੈਠੇ ਅਸੀਂ ਭਾਵਾਂਗੇ ਉਹਨਾਂ ਚਿਰ ਇਹਦਾ ਕੋਈ ਹੱਕ ਨਹੀਂ ਮੂਰਤੀ ਦਾ ਰੱਖਣ ਦਾ